ਚੁੱਪ ਕਰਕੇ ਜਿਹੜਾ ਨਾ ਟੈਂਕ ਚ ਬਹਿ ਗਏ ਆ ਇੱਥੇ ਟੀਮ 3 ਜਿਹੜੀ ਹੈ ਨਾ ਉਹਦੇ ਵੱਲ ਜਿਹੜਾ ਨਾ ਪੰਗਾ ਬਣੇ ਆ ਇੱਥੇ ਇਹ ਵੇਖੋ ਵੈਸ਼ੀ ਡਾਕੂ ਜਿਹੜਾ ਨਾ ਇੱਥੇ ਨਾਕ ਹੋ ਚੁੱਕਿਆ ਇੱਥੇ ਓਏ ਹੋਏ ਮਾਰਿਆ ਗਿਆ ਓਏ ਹੋਏ ਪਿੱਛੂ ਆ ਕੇ ਜਿਹੜਾ ਨਾ ਲੈ ਗਿਆ ਇੱਥੇ ਈਜ਼ਲੀ ਰਿਵਾਈਵ ਕਰਦਾ ਵਾ ਬਹੁਤ ਹੈਵੀ ਟੂਰਨਾਮੈਂਟ ਦਾ ਮੈਚ ਲੱਗੇ ਆ ਤੇ ਵੇਖੋ ਕੀ ਬਾਬਾ ਜੀ ਇੱਥੇ ਸੂਰਤ ਹਾਲ ਬਣਦੀ ਹੈ ਬਾਕੀ ਬਿਲਕੁਲ ਉਹ ਯਾਰ ਮਿਡ ਸਟ੍ਰੇਨ ਜਿਹੜਾ ਨਾ ਜ਼ੋਨ ਇੱਥੇ ਇਸ ਟਾਈਮ ਬਣ ਗਏ ਆ ਸ਼ੇਰ ਮੁੰਡਿਆਂ ਲਈ ਵਾਪਸ ਜਾਂਦੇ ਆ ਬਹੁਤ ਅੱਛੀ ਜਿਹੜਾ ਨਾ ਕੰਡੀਸ਼ਨ ਇੱਥੇ ਇਸ ਟਾਈਮ ਆ ਚੁੱਕੇ ਨੇ ਠੀਕ ਹੈ ਟੀਮ 1 ਤੇ ਆਨੇ ਆ ਓਏ ਹੋਏ ਉਧਰ ਇੱਕ ਬੰਦਾ ਉਹਦਾ ਨਾਕ ਹੋ ਗਿਆ ਤੇ ਬਾਬਾ ਜੀ ਵੇਖੋ ਜਿਹੜੀ ਟੀਮ ਚਿਕਨ ਡਿਨਰ ਕਰੇਗੀ 5000 ਲੈ ਕੇ ਜਾਏਗੀ ਜਿਹੜੀ ਟੀਮ ਦੂਸਰੇ ਤੇ ਆਏਗੀ 2500 ਜਿਹੜੀ ਟੀਮ ਤੀਸਰੇ ਤੇ ਆਏਗੀ ਉਹ ਵੀ 2000 ਲੈ ਜਾਏਗੀ ਤੇ ਜਿਹੜੀ ਟੀਮ ਚੌਥੇ ਤੇ ਆਏਗੀ 1000 ਤੇ ਜਿਹੜੀ ਟੀਮ ਪੰਜਵੇਂ ਨੰਬਰ ਤੇ ਆਏਗੀ ਉਹਦੀ ਰਜਿਸਟ੍ਰੇਸ਼ਨ ਵਾਪਸ ਹੋਏਗੀ ਇੱਧਰ ਵੇਖੋ ਜੀ ਦੌੜਾਂ ਲੱਗੀਆਂ ਸਮੋਕਾਂ ਦੇ ਵਿੱਚ ਯਾਰ ਚੈੱਕ ਕਰੋ ਕਿ ਇੱਥੇ ਕੀ ਸੂਰਤ ਹਾਲ ਬਣਦੀ ਹੈ ਤੇ ਫਿਰ ਨਾ ਓਏ ਹੋ ਬੜਾ ਹੀ ਬੁਰੀ ਹੋਈ ਆ ਬਾਬਾ ਜੀ ਟੀਮ 1 ਦੇ ਨਾਲ ਇੱਥੇ ਟੀਮ 1 ਦੇ ਨਾਲ ਬਹੁਤ ਬੁਰੀ ਹੋਈ ਹੈ ਸ਼ੇਰੀ ਹੋਰਾਂ ਨੇ ਕੀਤੀ ਹੈ ਟੋਟਲ 11 ਟੀਮਾਂ ਜਿਹੜੀਆਂ ਨੇ ਇਸ ਟਾਈਮ ਲਾਈਵ ਨੇ ਟਾਪ ਤੇ ਜਿਹੜੀ ਟੀਮ ਜਾ ਰਹੀ ਹੈ ਸ਼ੇਰੀ ਹੋਰਾਂ ਦੀ ਫੈਜ਼ੀ ਹੋਰਾਂ ਦੀ ਪਿਛਲੀ ਵਾਰੀ ਵੀ ਆ 5000 ਲੈ ਕੇ ਗਏ ਸਨ ਬਾਬਾ ਜੀ ਬਾਕੀ ਉੱਤੋਂ ਤੁਹਾਨੂੰ ਮੈਂ ਜਿਹੜਾ ਨਾ ਨਜ਼ਾਰਾ ਉੱਤੋਂ ਵਹਾਨਾ ਉੱਤੋਂ ਮਿਡ ਸਟੇਨ ਵਿੱਚ ਬਾਬਾ ਜੀ ਆ ਸੀਨ ਬਣੇ ਆ ਤੇ ਆ ਚੈੱਕ ਕਰੋ ਬਾਬਾ ਜੀ ਹਰ ਬੰਦਾ ਸਰਵਾਈਵ ਕਰਦਾ ਪਿਆ ਤੇ ਵੇਖੋ ਕਿਹੜੀ ਟੀਮ ਪਹਿਲੇ ਤੇ ਆਉਂਦੀ ਹੈ 5000 ਲੈ ਕੇ ਜਾਂਦੀ ਇੱਧਰ ਓਏ ਓਏ ਹੋਏ ਹੋਏ ਆ ਕੰਡੀਸ਼ਨ ਯਾਰ ਚੈੱਕ ਕਰੋ ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਕਿਹਦੇ ਵੱਲ ਰੱਖਾਂ ਤੇ ਕਿਹਦੇ ਵੱਲ ਨਾ ਰੱਖਾਂ ਇੱਧਰ ਜੀ ਉੱਤੇ ਆ ਬੰਦਾ ਜਿਹੜਾ ਨਾ ਲੱਗਾ ਟੋਟਲ ਇਸ ਟਾਈਮ 10 ਟੀਮਾਂ ਲਾਈਵ ਨੇ ਤੇ ਬਹੁਤ ਜ਼ਿਆਦਾ ਗੜਬੜ ਹੋਈ ਹੈ ਟੈਨ ਨੇ ਜਿਹੜਾ ਨਾ ਕੱਢ ਲਿਆ ਬਾਬਾ ਜੀ ਪੰਪ ਤੇ ਟੀਮ ਜਿਹੜੀ ਹੈ ਨਾ 26 ਸੋਰੀ ਓਏ ਹੋਏ ਹੋਏ ਉੱਥੇ ਬੜਾ ਹੈਵੀ ਨੇੜ ਜਿਹੜਾ ਨਾ ਬਾਲੂ ਰੀਪ ਭਾਈ ਨੇ ਕੀਤਾ ਤੇ ਹੁਣ ਵੇਖੋ ਟੀਮ 7 ਦਾ ਪਲੇਅਰ ਜਿਹੜਾ ਨਾ ਇੱਥੇ ਕੀ ਕਰਦਾ ਆਪਣੇ ਪਲੇਅਰ ਨੂੰ ਬਚਾਉਣਾ ਤੇ ਉਹਨੇ ਵੀ ਜਿਹੜਾ ਨਾ ਥੱਲੇ ਆ ਚੁੱਕਿਆ ਥੱਲੇ ਜਿਹੜਾ ਨਾ ਆ ਚੁੱਕਿਆ ਟੀਮ 7 ਦਾ ਪਲੇਅਰ ਜਿਹੜਾ ਨਾ ਇਸ ਟਾਈਮ ਅਸੀਂ ਉਹਦੇ ਤੇ ਚੱਲਨੇ ਆ ਇਸ ਟਾਈਮ ਰਿਵਾਈਵ ਕਰਨ ਦੇ ਜਿਹੜਾ ਨਾ ਕਾਮਯਾਬ ਹੋ ਚੁੱਕੇ ਆ ਤੇ ਬੜੀ ਜ਼ਿਆਦਾ ਹੈਵੀ ਕੰਡੀਸ਼ਨ ਇਸ ਟਾਈਮ ਹੋਣ ਡਈ ਹੈ ਤੇ ਅਸੀਂ ਚੱਲਨੇ ਆ ਭਾਈ ਕੱਲਾ ਜਿਹੜਾ ਨਾ ਚੁੱਪ ਕਰਕੇ ਲੁਕਿਆ ਬਹੁਤ ਅਕਲਮੰਦੀ ਆ ਕਰਦਾ ਪਿਆ ਇੱਧਰ ਇਹ ਵੀ ਬੰਦਾ ਜਿਹੜਾ ਨਾ ਬਹੁਤ ਅਕਲਮੰਦੀ ਕਰਦਾ ਪਿਆ ਕਿਉਂਕਿ 5ਵੇਂ ਤੇ ਕਮ ਅਜ਼ ਕਮ ਆਓ ਤੇ ਤੁਹਾਡਾ ਜਿਹੜਾ ਨਾ ਫਾਇਦਾ ਹੋਏਗਾ ਤੇ ਇੱਧਰ ਵੇਖੋ ਇਹ ਸਮੋਕਾਂ ਜਿਹੜੀਆਂ ਨੇ ਕੀਤੀ ਆ ਭਾਈ ਨੇ ਤੇ ਟੋਟਲ 8 ਟੀਮਾਂ ਅਜੇ ਵੀ ਸਰਵਾਈਵ ਕਰਦੀਆਂ ਨੇ ਪਈਆਂ ਤੇ ਇੱਧਰ ਜਿਹੜੀ ਨਾ ਟੀਮ 7 ਵਾਲ ਚੱਲਣਾ ਫਾਈਟ ਹੋਣ ਡਈ ਹੈ ਬਾਬਾ ਜੀ ਉਹ ਵੇਖੋ ਉੱਤੋਂ ਉਹਨੇ ਜੰਪ ਕੀਤਾ ਨਹੀਂ ਇਹ ਤਾਂ ਆਪਣਾ ਹੀ ਪਲੇਅਰ ਹੈ ਇੱਥੇ ਵੇਖੋ ਇਹਨਾਂ ਨੇ ਹੁਣ ਨਿਕਲਣਾ ਹੈ ਤੇ ਅੰਨਾ ਵਾਸਤੇ ਕੰਡੀਸ਼ਨ ਜਿਹੜੀ ਨਾ ਬਹੁਤ ਭੈੜੀ ਹੋ ਚੁੱਕੀ ਹੈ ਟੀਮ 21 ਨਾਲ ਇੱਥੇ ਵੇਖੋ ਹੀਲ ਬੈਟਲ ਕਰਨ ਡੇ ਆ ਟੀਮ ਹਲੇ ਟੀਮ 6 ਹੈ ਚਾਹੀ ਹੈ ਬਾਬਾ ਜੀ ਵੇਖੋ ਓਏ ਹੋਏ ਹੁਣ ਜਿਹੜੀ ਟੀਮ ਹੈ ਨਾ ਇਸ ਟਾਈਮ ਟੀਮ 5 ਟੀਮਾਂ ਰਹਿ ਗਈਆਂ ਸਾਰੀਆਂ ਹੀ ਸੇਫ ਨੇ ਇਸ ਟਾਈਮ ਠੀਕ ਹੈ ਨਾ ਤੇ ਬਾਕੀ ਅਸੀਂ ਚੱਲਨੇ ਆ ਇਸ ਟਾਈਮ ਡੈਡ ਲਈ ਭਾਈ ਹਲ ਓਏ ਹੋਏ ਦਾ ਟੈਂਕ ਜਿਹੜਾ ਨਾ ਤਬਾਹ ਇਸ ਟਾਈਮ ਕੀਤਾ ਜਾ ਰਿਹਾ ਵੇਖੋ ਕੀ ਸੂਰਤ ਹਾਲ ਹੁੰਦੀ ਹੈ ਸਿਚੁਏਸ਼ਨ ਜਿਹੜੀ ਨਾ ਬਹੁਤ ਇਸ ਟਾਈਮ ਡੇਂਜਰਸ ਹੋਈ ਹੈ ਬਾਬਾ ਜੀ ਵੇਖੋ ਕਿਹਦੀ ਟੀਮ ਪਹਿਲੇ ਦੇ ਦੂਸਰੇ ਤੀਸਰੇ ਚੌਥੇ ਜਾਂ 5ਵੇਂ ਦੇ ਆਉਂਦੀ ਹੈ ਓਏ ਉਹ ਤਬਾਹ ਕੜੀਆਂ ਆਂਡਿਆ ਬਾਹਰ ਕਿਉਂ ਨਹੀਂ ਨਿਕਲਦਾ ਪਿਆ ਨੇ ਜਿਹੜਾ ਨਾ ਇੱਥੇ ਉੱਡੀਆਂ ਨੇ ਓਏ ਹੋ ਜਲਦੀ ਜਲਦੀ ਨਿਕਲ ਗਿਆ ਬਹੁਤ ਅਕਲਮੰਦੀ ਇੱਥੇ ਕੀਤੀ ਹੈ ਓਏ ਹੋ ਬਹੁਤ ਟਫ ਕੰਡੀਸ਼ਨ ਹੈ ਬਾਬਾ ਜੀ ਬਹੁਤ ਜ਼ਿਆਦਾ ਬਿਲਕੁਲ ਛੋਟਾ ਜਿਹੜਾ ਨਾ ਸਰਕਲ ਰਹਿ ਗਏ ਆ ਤੇ ਇਹ ਵੇਖੋ ਯਾਰ ਬਿਲਕੁਲ ਛੋਟਾ ਜਿਹਾ ਸਰਕਲ ਰਹਿ ਗਿਆ ਤੇ ਇੱਥੇ ਵੇਖੋ ਕੀ ਸੂਰਤ ਹਾਲ ਹੁੰਦੀ ਹੈ ਹੀਲ ਬੈਟਲ ਇਸ ਟਾਈਮ ਜਿਹੜੀ ਨਾ ਲੱਗੀ ਹੈ ਤੇ ਵੇਖੋ 3 ਟੀਮਾਂ ਕਿਹੜੀ ਟੀਮ ਪਹਿਲੇ ਦੂਸਰੇ ਤੀਸਰੇ ਤੇ ਆਉਂਦੀ ਇਹਦੇ ਕੋਲ ਲੱਗਦਾ ਹੀਲ ਨਿਊ ਹੈ ਇੱਕ ਹੀਲ ਹੈ ਐਸੀਆਂ ਨੇ ਨਹੀਂ ਲਾਈ ਹੈ ਠੀਕ ਹੈ ਬਾਬਾ ਜੀ ਇੱਧਰ ਚੱਲਦੇ ਆ ਡੈਡਲੀ ਬਾਈ ਵਾਲੇ ਹੀਲ ਓਏ ਹੋਏ ਹੋਏ ਉਹ ਓ ਯਾਰ ਕਿਹੜਾ ਬੰਦਾ ਜਿੱਤਿਆ ਵੇਖਣ ਵਾਲੀ ਗੱਲ ਕਿਹੜਾ 5000 ਲੈ ਕੇ ਗਿਆ ਬਹੁਤ ਆਲਾ ਯਾਰ ਇਹ ਤੁਹਾਡੇ ਸਾਹਮਣੇ ਮੇ ਸਿਚੁਏਸ਼ਨ ਯਾਰ ਬਹੁਤ ਆਲਾ।